ਦੋ ਵੱਡੇ ਗੱਲ ਕਰਦੇ ਨਾ ਆਪਸ ਚ, ਚੁੱਪ ਕਰਕੇ ਸੁਣੀਦਾ ਹੁੰਦਾ, ਸਮਝ ਲੱਗੀ? ਤੇਰੇ ਡੈਡੀ ਨੂੰ ਸ਼ਿਕਾਇਤ ਲਾਉਣੀ ਹੁਣ ਬਣਦੀ ਆ। ਆ ਲੈ ਲੈ ਮੈਂ ਨੰਬਰ ਲਾ ਕੇ ਦਿੰਦਾ। ਹਾਂਜੀ ਵੈਲਕਮ ਬੈਕ ਗਾਇਸ, ਕੀ ਹਾਲ ਚਾਲ ਆ ਸਾਰਿਆਂ ਦੇ? ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੈਂਟ ਹੋਵੋਗੇ। ਅੱਜ ਦਾ ਜਿਹੜਾ ਵਲੌਗ ਆ ਬਾਈ ਜੀ, ਬਹੁਤ ਹੀ ਜ਼ਿਆਦਾ ਘੈਂਟ ਤੇ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਰਹਿਣ ਵਾਲਾ। ਅੱਜ ਆਪਾਂ ਈਟਿੰਗ ਚੈਲੰਜ ਕਰਨਾ ਤੇ ਦੇਖਦੇ ਆ ਬਾਈ ਜੀ ਕਿਹੜਾ ਜਿੱਤਦਾ। ਇਹ ਮੈਂ ਯਾਰ ਬੰਦ ਕਰਤੇ ਸੀਗੇ ਵਲੌਗ, ਹਨਾ? ਕਿਉਂ ਕਰਤੇ ਸੀਗੇ? ਕਿਉਂਕਿ ਮੈਂ ਹਾਰਨ ਵਾਲਾ ਲੱਗ ਗਿਆ ਸੀਗਾ, ਜ਼ਿਆਦਾ ਬੇਇੱਜ਼ਤੀ ਹੋਰ ਲੱਗ ਗਈ ਸੀਗੀ ਯਾਰ, ਤਾਂ ਕਰਕੇ ਵਲੌਗ ਬੰਦ ਕਰਨੇ ਪਏ ਈਟਿੰਗ ਵਾਲੇ। ਤੇ ਹੁਣ ਆਪਾਂ ਦੁਬਾਰਾ ਥੋੜਾ ਮੋਟੀਵੇਟ ਹੋ ਕੇ ਦੁਬਾਰਾ ਸਟਾਰਟ ਕੀਤੇ ਆ। ਕੈਰੀ ਤਾਂ ਇੱਥੇ ਹੈ ਨੀ ਗਾ, ਕੈਰੀ ਆ ਵੀ ਸਕਦਾ ਵਾ ਇਹ ਵਲੌਗ ਵਿੱਚ, ਤੇ ਜੇ ਕੈਰੀ ਆ ਗਿਆ ਫਿਰ ਬਾਈ ਮੈਂ ਹਾਰੂੰਗਾ ਇਹ ਜਿੱਤੂਗਾ, ਫਿਰ ਤਾਂ ਆਪਾਂ ਦੋਨੇ ਹੀ ਹਾਰਾਂਗੇ। ਹਾਂਜੀ ਉਹ ਲੈ ਕੈਰੀ ਉਹਦੇ ਆ ਗਿਆ ਕੈਰੀ ਬਾਈ ਮੇਰੇ ਜੀ ਕਿਵੇਂ? ਸ਼ਹਿਰ ਛੱਡ ਕੇ ਭੱਜ ਗਏ ਵੀਰੇ, ਯੋਧਾ ਆਪ ਭੱਜ ਗਿਆ, ਅਸੀਂ ਤਾਂ ਮੈਦਾਨ ਚ ਬੈਠੇ ਆ। ਸ਼ਹਿਰ ਛੱਡ ਕੇ ਲੁਧਿਆਣੇ ਭੱਜ ਗਏ ਬਾਈ। ਕਿੰਨੇ ਕੁ ਟਾਈਮ ਚ ਆ ਰਹੇ ਹੋ? ਕਿੰਨੇ ਟਾਈਮ ਚ ਆ ਰਹੇ ਹੋ? ਕਿੰਨੇ ਟਾਈਮ ਚ ਆ ਰਹੇ ਹੋ? ਏ ਬਾਈ ਬੇਸੀ ਕਰ ਨਹੀਂ ਹਟਦੇ, ਭਾਵੇਂ ਗਏ ਵੀ ਹੋਇਆ ਤਾਂ ਵੀ ਬਾਈ ਹੋਰ ਮਰਜ਼ੀ ਕਰਨਾ, ਪਰ ਬੇਸੀ ਜ਼ਰੂਰ ਕਰਦੇ ਆ ਬਾਈ। ਹਾਂ ਜਿੱਤ ਕੇ ਦਿਖਾਉਂਗਾ, ਕੋਈ ਚੱਕਰ ਨਹੀਂ। ਸਿਖਾਈ ਜਾਂਦਾ ਯਾਰ, ਇਹ ਕਿੱਧਰੋਂ ਆ ਗਿਆ ਯਾਰ, ਦੇਖ ਲਓ ਨਾ, ਮੰਨ ਕੇ ਚਲੋ ਜੋ ਬੈਠੇ ਹੋਣੇ ਇਕੱਲੇ, ਇਹ ਕੈਮਰੇ ਝਾਤੀਆਂ ਮਾਰਦਾ ਹੀ ਹੁੰਦਾ, ਦੇਖ ਤਾਂ ਨਜ਼ਰ ਆਉਂਦਾ ਹੁੰਦਾ, ਇਹ ਕੋਈ ਤੋੜ ਫੋੜ ਤਾਂ ਨਹੀਂ ਕਰ ਰਹੇ ਆਪਾਂ, ਨਿਗਰਾਨੀ ਚ ਹੁੰਦੇ ਆ ਉਹਦੀ। ਬੋਲੋ ਬੋਲੋ ਚੱਲ, ਕੋਈ ਨੀ ਆ ਜਾਓ, ਕੋਈ ਨੀ ਕਰ ਲੈਂਦੇ ਆ ਚੈਲੰਜ। ਤੇ ਚਲੋ ਬਾਈ ਹੁਣ ਆਪਾਂ ਫ੍ਰੈਂਚ ਫ੍ਰਾਈਜ਼ ਲੈਣ ਚੱਲਦੇ ਆ, ਤੇ ਇਹਨਾਂ ਨੇ ਪੰਗੇ ਲੈਣੋਂ ਹਟਣਾ ਨੀ। ਹੁਣ ਦੇਖੋ ਬੈਠੇ ਵਾਲੀ ਕਿੱਥੇ ਆ, ਪਰ ਇਹ ਵਲੌਗ ਚ ਆ ਰਹੇ ਆ, ਕੈਮਰਾ ਘੁਮਾ ਕੇ ਪੂਰਾ ਦੇਖ ਰਿਹਾ, ਰੋਟੇਟ ਕਰਕੇ ਦੇਖ ਦੇਖ ਦੇਖ, ਨਜ਼ਰ ਮਾਰਦਾ ਕਿ ਹੋਰ ਤਾਂ ਨੀ ਕੋਈ ਹੈਗਾ, ਦੇਖ ਲੈ ਨਾ ਪੂਰਾ। ਓ ਅਸੀਂ ਦੋਨੇ ਹੀ ਆ, ਪਤਾ ਤੇਰਾ ਮੱਝ ਵਰਗਾ ਸਰੀਰ ਆ, ਕੋਈ ਗੱਲ ਨੀ। ਕੋਈ ਗੱਲ ਨੀ, ਫਿਰ ਕੀ ਹੋ ਗਿਆ, ਵੱਧ ਗਈ ਤਾਂ ਢਿੱਡ ਤੇ ਰੋਸਟ ਹੋਣ ਲੱਗ ਗਿਆ, ਪਹਿਲਾਂ ਖਾਣ ਤੇ ਹੋ ਰਿਹਾ ਸੀ। ਚੀਜ਼ਾਂ ਆ ਗਿਆ ਸਾਡੀ ਟੀਮ ਚ, ਇਹਨੂੰ ਸਪੈਸ਼ਲੀ ਫੋਨ ਲਾ ਕੇ ਬੁਲਾਇਆ ਕਿ ਜਲਦੀ ਜਲਦੀ ਭੱਜ ਭੱਜ ਕੇ ਆ ਜਾ। ਪੱਗ ਹੁਣੀ ਬੰਨ ਕੇ ਆਇਆ? ਹਾਂਜੀ ਪੱਗ ਹੁਣੀ ਬੰਨ ਕੇ ਆਇਆ, ਲਾਸਟ ਲੜ ਹੁਣ ਲਾਉਂਦਾ ਹੁੰਦਾ ਲਾਸਟ, ਹਨਾ? ਕਹਿੰਦੇ ਮੁੰਡਾ ਪੱਗ ਆ ਬੰਨਦਾ, ਕਹਿੰਦੇ ਸੋਹਣਾ ਲੱਗ ਰਿਹਾ। ਮਤਲਬ ਕੀ ਹੈ? ਕੱਟਾ ਹੋ ਇਨਸਾਨ, ਸੋਹਣਾ ਸਰਦਾਰ ਆ ਉਹ ਨਿੱਕਾ ਜਿਹਾ। ਅੱਜ ਫਿਰ ਕਿਹੜਾ ਜਿੱਤੂਗਾ ਇਹ ਕੰਮ? ਮੈਂ ਹੀ ਜਿੱਤੂਗਾ ਫ੍ਰੈਂਚ ਫ੍ਰਾਈ ਚੈਲੰਜ। ਯਾਰ ਇਹਦੀ ਇਹਨੂੰ ਵੀ ਜਵਾਕ ਨਾ ਜਾਣਾ, ਇਹ ਸਪੀਡ ਬਹੁਤ ਜ਼ਿਆਦਾ ਵਾ, ਇਹ ਅੰਨਿਆਂ ਨੂੰ ਖਾਂਦਾ। ਨਹੀਂ ਨਹੀਂ ਪ੍ਰੈਂਕ ਨਹੀਂ ਗਾ ਯਾਰ, ਤਾਂ ਮੰਨਿਆ ਮੇਰਾ ਪ੍ਰੈਂਕ ਸਟੋਰ ਬੈਠਾ ਵਾ, ਉਹ ਵੀ ਤੁਹਾਨੂੰ ਦੱਸਾਂਗੇ। ਮੰਨਿਆ ਮੇਰਾ ਪ੍ਰੈਂਕ ਸਟੋਰ ਬੈਠਾ, ਪ੍ਰੈਂਕ ਹੀ ਕਰਦੇ ਆ ਹੈ? ਮੈਂ ਚੈੱਕ ਕਰਨਾ ਚਾਹੁੰਦਾ। ਉਹ ਨਹੀਂ ਨਹੀਂ ਪ੍ਰੈਂਕ ਨਹੀਂ ਗਾ, ਇਹ ਤਾਂ ਫ੍ਰੈਂਚ ਫ੍ਰਾਈ। ਚਲੋ
ਜਲਦੀ ਲੈ ਕੇ ਆਉਂਦੇ ਆ, ਕਰਦੇ ਆ ਚੈਲੰਜ। ਲਓ ਵੀ ਮਿੱਤਰੋ ਹੁਣ ਆਪਾਂ ਲੈ ਆਂਦੇ ਆ ਫ੍ਰੈਂਚ ਫ੍ਰਾਈਜ਼। ਫਸਟਲੀ ਆਪਣਾ ਚੈਲੰਜ ਰਹਿਣ ਵਾਲਾ ਵਾ ਅਮਨ ਜਗਰਾਉਂ ਨਾਲ, ਉਸ ਤੋਂ ਬਾਅਦ ਜਿਹੜਾ ਜਿੱਤਿਆ ਬਈ। ਗੱਲ ਸੁਣ ਲੈ, ਮੈਂ ਲੈ ਕੇ ਆਇਆ, ਹੁਣ ਇਹ ਚ ਕੋਈ ਪਾਰਟ ਨਹੀਂ ਦਿੱਤਾ ਤੂੰ। ਮੈਂ ਤਾਂ ਬਈ ਸੋਹਣ ਲੱਗਿਆ ਨਾ, ਕੋਈ ਨਹੀਂ ਪਤਾ ਲੱਗਦਾ ਜਦੋਂ ਇਹ ਚੀਜ਼ ਕੀ ਕਰ ਦਿੰਦਾ। ਸਾਹਮਣੇ ਲੈ ਕੇ ਆਏ ਆਪਾਂ ਦੋਨੇ ਜਾਣੇ ਤਾਂ ਜਾ ਕੇ, ਉਹੀ ਤਾਂ ਗੱਲ ਹੈ ਨਾ, ਤੂੰ ਸਾਹਮਣੇ ਹੀ ਪੰਗਾ ਲੈ ਲੈਣਾ ਵਾ। ਹੁਣ ਬਈ ਇੱਕ ਵੀ ਆ ਗਿਆ, ਉਹ ਵੀਡੀਓ ਬਣਾ ਰਿਹਾ ਵਾ, ਬਾਅਦ ਚ ਉਹਦੇ ਨਾਲ ਲੱਗੂਗਾ ਮੈਂ ਜਿਹੜਾ ਜਿੱਤ ਗਿਆ। ਠੀਕ ਆ, ਦੇਖ ਲਾ ਤੈਨੂੰ ਕਿੰਨੀ ਤਵੱਜੋ ਦੇ ਰਿਹਾ। ਐਂਡ ਤੇ ਬਾਈ ਪਹਿਲਾਂ ਹੀ ਰੱਜ ਜਾਣਾ ਜੇ ਰਿਸ਼ਤੇਦਾਰਾਂ ਦੇ ਅੱਗੇ ਨੀ ਰੱਖਦੇ ਹੁੰਦੇ ਕਿ ਸਾਰੀ ਪਲੇਟ ਉਵੇਂ ਰੱਖ ਦੋ। ਚਟਨੀਆਂ ਕਹਿੰਦਾ ਚਟਨੀਆਂ ਪਾਓ, ਇਹ ਸਵਾਦ ਨਾ ਖਾਣ ਦੀ ਕੋਸ਼ਿਸ਼ ਕਰ ਰਿਹਾ। ਇੰਨੇ ਇੰਨੇ ਕਰਨੇ ਜਾਂ ਵੱਧ ਕਰਨੇ? ਇੰਨੇ ਇੰਨੇ ਬਹੁਤ। ਉਧਰ ਦੇਖੋ ਜ਼ਿਆਦੇ ਆ ਥੋੜੇ, ਆਪਣੇ ਵੀਰੇ ਵੱਲ ਆਪਣੇ ਨਾਲ ਜ਼ਿਆਦੇ ਆ, ਤੂੰ ਇੱਧਰ ਕਰ ਲਾ। ਆਪਾਂ ਕਰ ਖਾ ਸਕਦੇ ਆਪਾਂ ਦੋਨੇ ਕੋਈ ਚੱਕਰ। ਹਾਂ ਬਸ ਹੁਣ ਬਰਾਬਰ ਆ। ਚਲੋ ਵੀ ਹੁਣ ਆਪਾਂ ਚੈਲੰਜ ਸਟਾਰਟ ਕਰਦੇ ਆ। ਪਹਿਲਾਂ ਮੈਂ ਤੈਨੂੰ ਰੂਲ ਦੱਸ ਦਿੰਦਾ ਵਾ, ਰੂਲ ਚ ਕੀ ਆ, ਕਿਉਂਕਿ ਤੂੰ ਚੀਟਿੰਗ ਕਰਦਾ ਹੁੰਦਾ, ਚੀਟਿੰਗ ਕਰਦਾ ਹੁੰਦਾ। ਹਾਏ ਬਈ ਤਾਂ ਤੁਹਾਡੇ ਸਾਹਮਣੇ ਆ ਬਈ ਯਾਰ। ਨਹੀਂ ਮੂੰਹ ਜਿਹੇ ਰਹਿੰਦੇ ਆ, ਮੈਂ ਨਹੀਂ ਮੈਂ ਸਾਰਾ ਮੂੰਹ ਖਾਲੀ ਕਰਕੇ ਪਹਿਲਾਂ ਦੱਸ ਦੇ ਕਿ ਜਿਹੜਾ ਖਾ ਕੇ ਸਾਰਾ ਕੁਝ ਮਾੜੀ ਮੋਟੀ ਕਹਿਣਾ ਨਾ, ਭੋਰ ਚੋਰ ਰਹਿ ਗਈ ਆ, ਰਹਿ ਗਿਆ ਥੋੜਾ ਜਮਾ ਹੀ ਖਾਲੀ ਆ ਮੇਰੇ ਭੋਰ ਚੋਰ। ਆਪਾਂ ਇੱਧਰ ਖੋਲੇ ਸੀਗੇ ਸਾਰੇ, ਠੀਕ ਆ। ਉਹੀ ਕਹਿਣਾ ਭੋਰ ਚੋਰ ਰੱਖਣੀ ਆ ਨਹੀਂ ਰੱਖਣੀ? ਨਹੀਂ ਰੱਖਣੀ। ਇਹੀ ਜੇ ਮੇਰੀ ਪਲੇਟ ਹੁੰਦੀ ਜਾਣੀ ਕਿ ਹਾਂ ਰੱਖਣੀ ਆ। ਆਹ ਲੈ ਪਲੇਟ, ਬਾਲੇ ਟੇਸਟ ਯਾਰ, ਜਿਹੜਾ ਕਰ ਰਹੇ ਇਹਨਾਂ ਨੂੰ ਆਰਾਮ ਨਾਲ ਖਾਈਏ। ਹੁਣ ਵੀ ਮੋਜਾ ਟਕਾ ਰਿਹਾ ਵੀਰਾ, ਕਹਿੰਦਾ ਕੋਈ ਵੀਡੀਓ ਵੀਡੀਓ ਲਾ ਦੋ, ਮੇਰਾ ਮੋਜਾ ਟਕਾ। ਉਹ ਜਿੱਤ ਲੈਂਦੇ ਇੱਜ਼ਤ ਵਾਲਾ। ਆਪਣੇ ਵੀਰੇ ਵੱਲ ਫਿਰ ਵੀ ਜ਼ਿਆਦਾ ਸੀਗੇ, ਤੁਹਾਡੇ ਵੱਲ ਤਾਂ ਘੱਟ ਸੀ। ਤੂੰ ਜਾ ਰਹੀ ਬੁੱਟਰ ਵੀਰਾ, ਦੇਖੋ ਕਿੰਨੇ ਕਰਿਆ ਗਏ। ਕਾਲਾ ਕਾਲਾ ਹੁਣ ਦਾਦਾ, ਹੁਣ ਤਾਂ ਚੀਟਿੰਗ ਕਹਿ ਨਹੀਂ ਸਕਦਾ ਤੂੰ। ਪਿਛਲੀ ਵਾਰ ਮੈਂ ਕੀਤਾ ਸੀ, ਪਿਛਲੀ ਵਾਰੀ ਥੋੜਾ ਜਿਹਾ ਮੂੰਹ ਸੀ ਮੈਂ ਕਰਦਾ, ਡਨ ਉੱਥੇ ਗਰਾਰੀ ਡੰਗ ਬਹਿ ਗਿਆ। ਮੰਨ ਗਿਆ ਹੁਣ ਤੂੰ, ਹਜੇ ਵੀ ਕੈਮਰਾ ਉੱਧਰ ਕੀਤਾ ਉਹਨਾਂ ਨੇ। ਹੁਣ ਆ ਗਿਆ ਬਈ ਸੈਕਿੰਡ ਰਾਊਂਡ, ਹੁਣ ਆਪਾਂ ਚੈਲੰਜ ਕਰਨ ਲੱਗੇ ਹਾਂ ਏ ਕਮ ਨਾਲ। ਵੀਰੇ ਇਹਨੂੰ ਲਾਈਟ ਨੀ ਹਾਲੇ, ਉਹ ਬੰਦਾ ਬੜਾ ਖਤਰਨਾਕ ਆ, ਇਹਦੀ ਸਪੀਡ ਤੁਸੀਂ ਆਪ ਹੀ ਚੈੱਕ ਕਰ ਲਿਓ। ਰੂਲ ਉਹੀ ਫੋਰ ਚੋਰ ਵਾਲਾ ਹੈ ਨਹੀਂ ਹਾਰ ਗਿਆ ਬਸ। ਹੋ ਸੁਣਾ ਫਿਰ ਬੁੱਟਾ, ਕੀ ਹਾਲ ਚਾਲ ਆ? ਠੀਕ ਆ, ਵਧੀਆ ਵਧੀਆ। ਤੂੰ ਘਰ ਪਰਿਵਾਰ ਸਭ? ਕਿੰਨੇ ਕੁ ਦੇ ਆਏ ਸੀਗੇ ਸਾਰੇ? ਦੋ ਤਿੰਨ ਸੌ ਦੇ?
ਬੁੱਢੇ ਨੂੰ ਕੱਲ ਜਾਣਾ ਵਾ ਆਪਾਂ ਜਾ ਕੇ ਆਉਣਾ ਠੀਕ ਆ ਮੈਂ ਤੈਨੂੰ ਫੋਨ ਲਾਊਂਗਾ ਸਵੇਰੇ ਆਪਾਂ ਜਾ ਕੇ ਆਉਣਾ ਜਿਮ ਕੀ ਲਾਉਣਾ ਕੱਲ ਏਕਮ ਜੀ ਕਿਵੇਂ ਆ ਏਕਮ ਤੂੰ ਮਾਸੀ ਕੋਲ ਨਹੀਂ ਜਾਣਾ ਘਰ ਦੇ ਤੇਰੇ ਗਏ ਤੈਨੂੰ ਲੈ ਕੇ ਨਹੀਂ ਗਏ ਕਿਉਂ ਜਵਾਬ ਤਾਂ ਦੇ ਜਵਾਬ ਤਾਂ ਦੇ ਸਕਦਾ ਏਕਮ ਖਾ ਜਾ ਛੇਤੀ ਛੇਤੀ ਖਾ ਜਾ ਰਫਤਾਰ ਹੋਣੀ ਆ ਗਏ ਨਹੀਂ ਨਹੀਂ ਬਾਈ ਭੋਰ ਚੋਰ ਦੀ ਗੱਲ ਨੀ ਹੋਈ ਬਾਈ ਆ ਕਰਦੀ ਚੰਗੀ ਤਰ੍ਹਾਂ ਖਾ ਪਹਿਲਾਂ ਆ ਤਾਂ ਲੱਗਦਾ ਖਾ ਛੇਤੀ ਉਹ ਦੇ ਉਹ ਜਿੱਤ ਗਿਆ ਮੂੰਹ ਚ ਹੈਗਾ ਤੇਰੇ ਅਜੇ ਵੀ ਜਿੱਤ ਗਿਆ ਬਾਈ ਏਕਮ ਪਹਿਲੀ ਵਾਰੀ ਜਿੱਤਿਆ ਬੁੱਟਰ ਸਾਡੇ ਨਾਲ ਹੋਰ ਪਏ ਆ ਕਰੀਏ ਦਿਖਾਓ ਕਿੱਥੇ ਆ ਉਹ ਲੈ ਕੇ ਆਇਆ ਮੈਂ ਚਟਣੀਆਂ ਰਹਿ ਗਈਆਂ ਕੱਲੀਆਂ ਚਟਣੀ ਚਲੇ ਤੁਸੀਂ ਕੱਲੇ ਕੱਲੇ ਸੂਪ ਪੀ ਕੇ ਆਏ ਹੋ ਪਰ ਸਾਨੂੰ ਪੁੱਛਿਆ ਕਿਉਂ ਨੀ ਪੁੱਛਿਆ ਕਦੋਂ ਪੁੱਛਿਆ ਉੱਥੇ ਖੜਾ ਸੀ ਮੈਂ ਕਿਉਂ ਦੱਸ ਪੁੱਛਿਆ ਨੀ ਤੁਸੀਂ ਤਾਂ ਬਹਿ ਕੇ ਤੁਸੀਂ ਮੋਟਰ ਦੱਬੀ ਜਾਂਦੇ ਹੋ ਅਸੀਂ ਘਰੇ ਆ ਕੇ ਵੀ ਖਾਧਾ ਵੀ ਤਾਂ ਤੁਸੀਂ ਬਾਹਰ ਖਾ ਕੇ ਆਏ ਹੋ ਫਰਕ ਦੱਸ ਕੀ ਕਿਹਦੇ ਦਾ ਤੁਸੀਂ ਬਾਹਰੋਂ ਬਾਹਰੋਂ ਤੇ ਹੋਰ ਲੈ ਬੁੱਕ ਚ ਕੌਣ ਲੈ ਅਸੀਂ ਬੁੱਕ ਚ ਲੈ ਕੇ ਆਏ ਆ ਅਸੀਂ ਬੁੱਕ ਚ ਲੈ ਕੇ ਆਏ ਆ ਰਿਸ਼ਤੇਦਾਰ ਆਇਆ ਸ਼ੁਕਰ ਆ ਤੈਨੂੰ ਸ਼ਰਮ ਆਈ ਸਵੇਰ ਦਾ ਅਸੀਂ ਵੀਰੇ ਰਿਸ਼ਤੇਦਾਰੀ ਲਈ ਖਾਣ ਨੂੰ ਲੈ ਚੱਲੇ ਆਇਆ ਨਾ ਆਇਆ ਨਾ ਆਇਆ ਨਾ ਉਹ ਤੇ ਕਹਿੰਦਾ ਆਇਆ ਕਾਲਜ ਗਿਆ ਹੋਇਆ ਉਹਦਾ ਕਾਲਜ ਗਿਆ ਵੀਰੇ ਆ ਕੇ ਆਰਾਮ ਵੀ ਕਰਨਾ ਥੱਕ ਜਾਂਦਾ ਬੰਦਾ ਥੱਕ ਜਾਂਦਾ ਉਹ ਤੈਨੂੰ ਕੀ ਪਤਾ ਤੈਨੂੰ ਕੀ ਪਤਾ ਕਦੇ ਕਦੇ ਸਕੂਲ ਵੀ ਰੈਗੂਲਰ ਗਿਆ ਕੁੱਟਣਾ ਮੰਨਦਾ ਕੁੱਟਣਾ ਮੰਨਦਾ ਕੀ ਸਮਝਾਇਆ ਸੀ ਕਰੀ ਮੇਰੇ ਕੋਲ ਫਿਰ ਜੜੀਆ ਨੰਬਰ ਆ ਨਾ ਤਾਂ ਨੀ ਬੋਲਦਾ ਮੈਂ ਤੈਨੂੰ ਓਏ ਮੈਂ ਤੈਨੂੰ ਇੱਕ ਕੱਢਦਾ ਓਏ ਮੈਂ ਤੈਨੂੰ ਕੱਢਦਾ ਹੈਗਾ ਤੁਸੀਂ ਯਾਰ ਮੈਂ ਤੈਨੂੰ ਕੁੱਟਿਆ ਓਏ ਮੈਂ ਤੈਨੂੰ ਕਿਤੇ ਵੀ ਨੀ ਕੁੱਟਿਆ ਰਫਤਾਰ ਕੁੱਟਣਾ ਤਾਂ ਮੰਨਦਾ ਤੈਨੂੰ ਬੋਲ ਕਿਵੇਂ ਗਿਆ ਬਾਈ ਦੀ ਗੱਲ ਸੁਣ ਲੈ ਚੱਲ ਬਾਈ ਨੂੰ ਪੁੱਛਦੇ ਆ ਬਾਈ ਕੁੱਟਣਾ ਬੰਦਾ ਨੀ ਬੰਦਾ ਜਵਾਕ ਬੋਲ ਰਿਹਾ ਉਹ ਫਸ ਜਾਂਦਾ ਬੰਦਾ ਵਿਚਾਲੇ
ਕਲਾਸ ਲਾ ਇਹਦੀ ਲਾ ਲਾ ਹੋਰ ਬੋਲ ਇਹਨੂੰ ਤੇਰੇ ਡੈਡੀ ਨੂੰ ਸ਼ਿਕਾਇਤ ਲਾਉਣੀ ਹੁਣ ਬਣਦੀ ਆ ਆ ਲੈ ਲੈ ਮੈਂ ਨੰਬਰ ਲਾ ਕੇ ਦਿੰਦਾ ਜਵਾਕ ਕਰੋ ਮਰੀ ਜਾਂਦਾ ਬੋਤਾ ਤੂੰ ਬੋਤੀ ਨਹੀਂ ਚੱਲ ਅਸੀਂ ਕੀ ਸਕ੍ਰਿਪਟਡ ਕੀਤਾ ਅਵਤਾਰ ਰਾਏ ਨਹੀਂ ਤਾਂ ਉਹਨੂੰ ਕੁੱਟਿਆ ਜਾਣਾ ਜਾਣੇ ਬਚ ਗਿਆ ਅੱਜ ਤਾਂ ਮੈਚ ਦੇਖਣਾ ਸੀ ਜਵਾਕ ਨੂੰ ਕੁੱਟਣ ਦਾ ਸਾਰੇ ਸਾਹ ਧੜਕਣ ਦੇ ਦੂਗੀ ਉਹ ਨਹੀਂ ਮੈਂ ਨੀ ਕੁੱਟਦਾ ਮੇਥੋਂ ਕਿਹੜਾ ਡਰਦਾ ਤੇਜ਼ ਹੋ ਗਈ ਉਹ ਸੱਚੀ ਤੇਜ਼ ਹੋ ਗਈ ਹੱਥ ਲਾ ਕੇ ਦੇਖੀ ਆਹ ਇੱਥੋਂ ਇੱਧਰ ਇੱਧਰ ਹੀ ਹੁੰਦਾ ਬਾਈ ਜਗਰਾ ਓਏ ਹੁਣ ਤੂੰ ਬੋਲੇਂਗੇ ਰਫਤਾਰ ਰਾਏ ਨੂੰ ਚੱਲ ਸੋਰੀ ਮੰਗ ਫਿਰ ਵੀ ਚੱਲ ਸੋਰੀ ਮੰਗ ਫਿਰ ਉਦੋਂ ਬਸ ਵਲੌਗ ਬੰਦ ਕਰਨੀ ਡੇਰ ਆ ਨਾਲ ਹੀ ਕੁੱਟਿਆ ਇਹ ਕਮਾ ਮੈਂ ਵਲੌਗ ਨਾ ਬੰਦ ਕਰਾਂ ਸਾਰਾ ਕੁਝ ਯਾਦ ਆਊ ਫਿਰ ਪੱਗ ਵੀ ਮੈਚ ਚੱਲ ਕੋਈ ਨੀ ਓਨਾ ਬੋਲੀ ਠੀਕ ਆ ਤਾਂ ਹਾਂਜੀ ਗਾਇਸ ਇਹ ਸੀਗਾ ਆਪਣਾ ਅੱਜ ਦਾ ਘੈਂਟ ਜਿਹਾ ਵਲੌਗ ਤੇ ਇਦਾਂ ਦੇ ਘੈਂਟ ਘੈਂਟ ਜਿਹੇ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ ਕੁੱਟਣਾ ਹੀ ਕੁੱਟਣਾ ਅੱਜ ਨੀ ਬਚਦਾ ਉਹ ਚੱਲਿਆ ਚਲੋ ਬਾਏ ਬਾਏ ਲਵ ਯੂ ਸਾਰਿਆਂ ਨੂੰ।